ਕੀ ਅਕਸਰ ਆਈ ਸੀ ਐਮ ਦੇ ਭੋਗ ਹੀ ਦੇਖੇ ਨੇ ਪਹਿਲੀ ਵਾਰ ਗਏ ਦੀ ਸ਼ਾਦੀ ਦੇ ਕੀ ਫਿਰ ਉਹਨਾਂ ਦਾ ਵਿਆਹ ਹੋ ਜਾਊਗਾ ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਘਰ ਦੇ ਖਰਚਿਆਂ ਦਾ ਆਟੇ ਦਾਲ ਦਾ ਭਾਅ ਕੀ ਆ ਕਿ ਹੁਣ ਮੋਦੀ ਸਾਹਿਬ ਵਾਲੇ ਸਾਨੂੰ ਇਹੀ ਗਿਲਾ ਰਹਿੰਦਾ ਕਿ ਉਹ ਕੱਲੇ ਆ ਗਏ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਰਸੋਈ ਦਾ ਖਰਚਾ ਕਿਵੇਂ ਆ ਭਗਵੰਤ ਮਾਨ ਜੀ ਨੂੰ ਕਮ ਸੇ ਕਮ ਮੈਂ ਤਾਂ ਪਤਾ ਲੱਗੇਗਾ ਕਿ ਰਸੋਈ ਦਾ ਖਰਚਾ ਕਿੰਨਾ ਆਂਦਾ ਹੈ गल इस तरह पहला तो सानू कोई अधिकार नहीं आप किसी की परसनल लाइफ से कोई भी टिप्पणी करिए कोई कमेंट करिए मुख्यमंत्री होने उन्होंने एक इंसानियत जीवन भी है उन्होंने अपना परिवारक जीवन भी है माँ भी उन्होंने भैन भी है बाकी जो उन्होंने विचार किया सोच समझ के वधिया किया जीवन उन्होंने विचार उन्होंने बाकी मैं फिर मुड़ यही कहूँगा कि ਅਸੀਂ ਕਿਸੇ ਦੀ ਨਿੱਜੀ ਜੀਵਨ 'ਤੇ ਟਿੱਪਣੀ ਕਰਨ ਦੇ ਹੱਕਦਾਰ ਨਹੀਂ ਗਏ ਨਹੀਂ ਇਸ ਤਰ੍ਹਾਂ ਦਾ ਅਸੀਂ ਆਪਣੇ ਜੀਵਨ 'ਚ ਪਹਿਲੀ ਵਾਰ ਵੇਖ ਰਹੇ ਹਾਂ ਕਿ ਕਿਸੇ ਸੀਐਮ ਦੀ ਸ਼ਾਦੀ ਹੈ ਇਹ ਪੰਜਾਬ ਵਾਸਤੇ ਇੱਕ ਵਧੀਆ ਖਬਰ ਵੀ ਹੈ ਕਿ ਇੱਕ ਚੰਗੀ ਖਬਰ ਵੀ ਹੈ ਕਿ ਅਸੀਂ ਕੋਈ ਚੰਗਾਪਨ ਵੇਖਣ ਦੇ ਹਾਂ ਜਿਸ ਤਰ੍ਹਾਂ ਕਿ ਮੈਂ ਚਲੋ ਇਹ ਮਜ਼ਾਕੀਆ ਗੱਲ ਨਹੀਂ ਮੈਂ ਕਰਨੀ ਚਾਹੁੰਦਾ ਇੱਕ ਫੇਸਬੁੱਕ ਵਟਸਐਪ 'ਤੇ ਇੱਕ ਚੱਲਣ ਡਿਆ ਕਿ ਅਕਸਰ ਅਸੀਂ ਸੀਐਮਾਂ ਦੇ ਭੋਗ ਹੀ ਦੇਖੇ ਨੇ ਪਹਿਲੀ ਵਾਰ ਕਿਸੇ ਦੀ ਸ਼ਾਦੀ ਦੇਖਣ ਦੇ ਇੱਕ ਖੁਸ਼ੀ ਦੀ ਗੱਲ ਹੈ ਪੰਜਾਬ ਵਾਸਤੇ ਇਹ ਡਿਫਰੈਂਸ ਵੀ ਬੜਾ ਕਮੈਂਟ ਟ੍ਰੋਲ ਕੀਤਾ ਜਾ ਰਿਹਾ ਹੈ ਇਹ ਆਮ ਗੱਲ ਹੋ ਗਈ ਹੈ ਭਾਜੀ ਇੱਕ ਸੈਟਲ ਆਦਮੀ ਨਾਲ 10-15 ਸਾਲ ਦਾ ਡਿਫਰੈਂਸ ਵਾਲਿਆਂ ਦਾ ਆਮ ਵਿਆਹ ਹੋ ਰਹੇ ਨੇ ਤੇ ਇੱਕ ਸੀਐਮ ਅੱਜ ਆਮ ਹੋ ਰਹੇ ਨੇ ਕੋਈ ਵਧੀਆ ਸੈਟਲਮੈਂਟ ਤੇ ਹੈ ਤੇ ਆਮ ਵਿਆਹ ਹੋ ਰਹੇ ਨੇ ਅਸੀਂ ਕੋਈ ਗੱਲ ਲਾਸਟ ਖੁਸ਼ੀ ਦੀ ਗੱਲ ਸਭ ਤੋਂ ਵੱਡੀ ਹੈ ਵਾ ਕਿ ਘੱਟੋ ਘੱਟ ਹੁਣ ਸਾਡੇ ਸੀਐਮ ਕਬੀਲਦਾਰ ਹੋਣਗੇ ਤੇ ਅਸੀਂ ਡਾਕਟਰ ਸਾਹਿਬਾ ਜਿਹੜੀ ਉਹਨਾਂ ਦੀ ਘਰਵਾਲੀ ਉਹਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਕੋਈ ਵੀ ਫੈਸਲੇ ਲੈਣ ਘਰੇਲੂ ਜਿਹਦੇ ਨਾਲ ਬਜਟ ਹਿਲਦਾ ਉਹਦੇ 'ਚ ਸਾਡੇ ਪੰਜਾਬ ਦੀ ਜਨਤਾ ਦੀ ਹੱਕ ਦੀ ਗੱਲ ਕਰਨ ਉਹ ਸੀਐਮ ਸਾਹਿਬ ਅੱਗੇ ਰਿਕੁਐਸਟ ਕਰਨ ਜਿੱਦਾਂ ਮਨਮੋਹਨ ਸਿੰਘ ਦੀ ਪਤਨੀ ਕਰ ਦਿੰਦੀ ਹੁੰਦੀ ਸੀ ਕਿ ਮੁੱਖ ਪ੍ਰਧਾਨ ਮੰਤਰੀ ਸਾਹਿਬ ਸਿਲੰਡਰ ਮਹਿੰਗਾ ਨਾ ਕਰੀਓ ਅਤੇ ਸਾਡੀ ਗੁਜ਼ਾਰਿਸ਼ ਉਹਨਾਂ ਤੱਕ ਜਲਦੀ ਪਹੁੰਚ ਜਾਇਆ ਕਰੇਗੀ ਅੰਜਲੀ ਅੰਜਲੀ ਕੀ ਸਮਝਦੇ ਪੰਜਾਬ ਦੇ ਮੁੱਖ ਮੰਤਰੀ ਦਾ ਵਿਆਹ ਹੋ ਰਿਹਾ ਵਧੀਆ ਹੀ ਹੋ ਰਿਹਾ ਕਿ ਫਿਰ ਉਹਨਾਂ ਦਾ ਵਿਆਹ ਹੋ ਜਾਊਗਾ ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਘਰ ਦੇ ਖਰਚਿਆਂ ਦਾ ਆਟੇ ਦਾਲ ਦਾ ਭਾਅ ਕੀ ਆ ਤੇ ਮਹਿੰਗਾਈ ਵੀ ਘਟੂਗੀ ਤੇ ਬਹੁਤ ਵਧੀਆ ਗੱਲ ਹੈ ਜੀ ਵੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਮੈਂ ਆਪਣੀ ਜਦੋਂ ਦਾ ਮੇਰੀ ਹੋਸ਼ ਸੰਭਾਲੀ ਹੈ ਮੈਂ ਅੱਜ ਪਹਿਲੀ ਵਾਰੀ ਦੇਖ ਰਿਹਾ ਕਿ ਮੁੱਖ ਮੰਤਰੀ ਦਾ ਵਿਆਹ ਬਹੁਤ ਵਧੀਆ ਵਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਦਿਨੇਸ਼ ਖੋਸਲਾ ਖੁਦ ਮੈਂ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਉਹਨਾਂ ਦੀ ਮੈਰਿਡ ਲਾਈਫ ਵਾਸਤੇ ਆਪਣੇ ਪਰਿਵਾਰ ਖੋਸਲਾ ਪਰਿਵਾਰ ਵੱਲੋਂ ਬਹੁਤ ਮੁਬਾਰਕਾਂ ਦਿੰਦਾ ਅਤੇ ਬਾਕੀ ਇਹ ਹੈ ਕਿ ਵੇਖੋ ਉਹਨਾਂ ਦੀ ਜ਼ਿੰਦਗੀ ਦੀ ਨਵੀਂ ਲਾਈਫ ਸ਼ੁਰੂਆਤ ਹੋ ਰਹੀ ਹੈ ਅਸੀਂ ਤਾਂ ਇਹੀ ਪਰਮਾਤਮਾ ਕੋ ਆਸ ਕਰਾਂਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਅੱਛੀ ਲਾਈਫ ਸ਼ੁਰੂਆਤ ਸਰ ਏਜ ਡਿਫਰੈਂਸ ਕੋਈ ਐਡੀ ਗੱਲ ਨਹੀਂ ਹੁੰਦੀ ਦੇਖੋ ਕੋਈ ਜ਼ਿਆਦਾ ਏਜ ਦਾ ਫਰਕ ਨਹੀਂ ਆ ਉਹ ਡਾਕਟਰ ਨੇ ਉਹਨਾਂ ਦੀ ਵੀ ਏਜ 34-35 ਸਾਲ ਦੀ ਏਜ ਦੇ ਕਹਿ ਰਹੇ ਕਿ ਹੈਗੇ ਨੇ ਅਤੇ ਭਗਵੰਤ ਮਾਨ ਜੀ ਦੀ ਏਜ ਵੀ 46-47 ਸਾਲ ਦੀ ਹੈਗੀ ਹੈ ਅਤੇ ਕੋਈ ਇੰਨਾ ਫਰਕ ਨਹੀਂ ਆਉਂਦਾ ਏਜ ਦਾ ਜੇ ਤੁਸੀਂ ਪਿੱਛੇ ਚੱਲ ਜਾਓ ਅੱਜ ਤੋਂ 20-25 ਸਾਲ ਤਾਂ 15-15 ਸਾਲ ਦਾ ਤਾਂ ਵੈਸੇ ਗੈਪ ਹੁੰਦਾ ਸੀ ਲੋਕਾਂ ਦਾ ਆਮ ਲੋਕ ਅੱਜ ਗੱਲ ਕਰ ਰਹੇ ਆ ਕਿ ਹੁਣ ਪੰਜਾਬ 'ਚ ਸ਼ਾਇਦ ਫੈਸਲੇ ਚੰਗੇ ਹੋਣੇ ਸ਼ੁਰੂ ਹੋ ਜਾਣਗੇ ਵੀ ਮਹਿੰਗਾਈ ਨਹੀਂ ਵਧੇਗੀ ਜਾਂ ਘਰੇਲੂ ਫੈਸਲੇ ਹੋਇਆ ਕਰਨਗੇ ਹੁਣ ਇਹ ਉਹਨਾਂ ਨੂੰ ਵੀ ਕਬੀਲਦਾਰੀ ਬਿਲਕੁਲ ਬਿਲਕੁਲ ਇਹ ਸਹੀ ਗੱਲ ਆ ਕਿਉਂਕਿ ਹੁਣ ਮੋਦੀ ਸਾਹਿਬ ਵਾਲੇ ਸਾਨੂੰ ਇਹੀ ਗਿਲਾ ਰਹਿੰਦਾ ਕਿ ਉਹ ਇਕੱਲੇ ਆ ਗਏ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਰਸੋਈ ਦਾ ਖਰਚਾ ਕਿਵੇਂ ਆ ਭਗਵੰਤ ਮਾਨ ਜੀ ਨੂੰ ਕਮ ਸੇ ਕਮ ਮੈਂ ਤਾਂ ਪਤਾ ਲੱਗੇਗਾ ਕਿ ਰਸੋਈ ਦਾ ਖਰਚਾ ਕਿੰਨਾ ਆਉਂਦਾ ਗੈਸ ਦਾ ਰੇਟ ਵੱਧ ਰਿਹਾ ਸਭ ਕੁਝ ਵੱਧ ਰਿਹਾ ਉਹਨੂੰ ਕੰਟਰੋਲ 'ਚ ਕਰਨਗੇ ਵੀ ਇਸ ਗੱਲੋਂ ਵੀ ਦੇਖਿਆ ਜਾਵੇ ਤਾਂ ਬੜੀ ਅੱਛੀ ਗੱਲ ਹੋਈ ਉਹਨਾਂ ਦਾ ਵਿਆਹ ਹੋ ਰਿਹਾ ਜੀ ਵੇਖੋ ਜੀ ਪਹਿਲੇ ਨੰਬਰ ਦੇ ਉੱਤੇ ਜਿਹੜਾ ਵਿਆਹ ਹੈ ਇਹ ਇੱਕ ਆਪਣੀ ਜਿਹੜੀ ਸੋਚ ਹੈ ਬੰਦੇ ਦੀ ਰੱਖਣੀ ਚਲੋ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਉਹ ਜਿਹੜਾ ਹੋ ਚੁੱਕਾ ਖਤਮ ਅੱਗੋਂ ਰਿਲੇਸ਼ਨ ਬਣਾਉਣਾ ਉਹ ਉਹਨਾਂ ਦੀ ਆਪਣੇ ਦਿਲੋਂ ਤਮੰਨਾ ਦੂਸਰੀ ਗੱਲ ਜਿਹੜੇ ਪਹਿਲੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਵੀ ਇਸ ਪੱਖੋਂ ਥੋੜ੍ਹਾ ਕੁ ਵਿਛੋੜਾ ਹੀ ਹੈ ਅਤੇ ਉਹਨਾਂ ਨੂੰ ਹਜੇ ਇਹ ਚੀਜ਼ਾਂ ਦਾ ਮਹਿੰਗਾਈ ਬਾਰੇ ਜਿਹੜਾ ਰਸੋਈ ਬਾਰੇ ਕੁਛ ਨਹੀਂ ਪਤਾ ਅਤੇ ਜੇ ਗੱਲ ਕਰੀਏ ਸੀਐਮ ਦੀ ਜੇ ਉਹ ਕਰਨ ਲੱਗੇ ਨੇ ਅਤੇ ਉਹਨਾਂ ਨੂੰ ਵੀ ਹਜੇ ਆਟੇ ਦਾਲ ਦਾ ਕੁਛ ਨਹੀਂ ਪਤਾ ਜੇ ਉਹ ਵਿਆਹ ਕਰਨਗੇ ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਰਸੋਈ ਕਿੱਦਾਂ ਚੱਲਦੀ ਹੈ ਆਟਾ ਦਾਲ ਗਰੀਬਾਂ ਦਾ ਕਿੱਦਾਂ ਮਤਲਬ ਰਸੋਈ ਚੱਲਣੀ ਉਸ ਚੀਜ਼ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੋਵੇਗੀ ਕਿ ਕਿੱਦਾਂ ਆਟਾ ਦਾਲ ਸਸਤਾ ਕਰਨਾ ਵਾ ਕੀ ਲੱਗਦਾ ਕਿ ਹੁਣ ਵਿਆਹ ਹੋਣਾ ਪਰਿਵਾਰ ਸਹੀ ਤਰੀਕੇ ਨਾਲ ਚੱਲੇਗਾ ਅਤੇ ਪੰਜਾਬ ਵੀ ਚੱਲੇਗਾ ਹਾਂ ਜੇ ਉਹ ਵਿਆਹ ਕਰਕੇ ਇਹ ਚੀਜ਼ ਨੂੰ ਸਮਝਣਗੇ ਤਾਂ ਫਿਰ ਜਿਹੜਾ ਪੰਜਾਬ 'ਚ ਖੁਸ਼ਹਾਲੀ ਆਉਣ ਦੀ ਸੰਭਾਵਨਾ ਹੈਗੀ ਹੈ ਸਮਝਦੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਵਿਆਹ ਕਿੱਦਾਂ ਦੇਖਦੇ ਹੋ ਵੇਖੋ ਜੀ ਭਗਵੰਤ ਮਾਨ ਦਾ ਹੁਣ ਵਿਆਹ ਹੋ ਗਿਆ ਲੈ ਅੱਜ ਪਬਲਿਕ ਵਿੱਚ ਉਹਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਘਰ ਚਲਾਉਣਾ ਘਰ ਚਲਾਉਣ ਦੇ ਵਿੱਚ ਉਹਨੂੰ ਨਾਲੇ ਨੌਲੇਜ ਹੋ ਜਾਏਗੀ ਅਤੇ ਨਾਲੇ ਲੋਕਾਂ ਦੀ ਗਰੀਬੀ ਵੀ ਦੂਰ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਚੀਜ਼ਾਂ ਦੇ ਰੇਟ ਵੱਧ ਗਏ ਨੇ ਕੀ ਕਹਿੰਦੇ ਗੈਸ ਦੇ ਰੇਟ ਵੱਧ ਗਏ ਰਾਸ਼ਨ ਦੇ ਰੇਟ ਵੱਧ ਗਏ ਨੇ
घर चला फोन बीबी और आ चली है अज उन्होंने पता लग जाएगा कि रेट चलने कि घर वसा कि लोग इस वे लोग गरीबी से जूझ रहे हैं तो बहुत गरीब लोगों के घर के चुल्हे नहीं कई बलते पे जो हालात सरकार ने कर दिए है इस वेले कई घर के गरीबों के चुल्हे भी नहीं बलते जोड़े कि बहुत महसूस होए थे इन्होंने लोगों को लालच दे के कहते और करके मतलब हाँ जी हाँ जी शायद शायद कोई नवा उत्साह दे लोगों जो हालात बनाए ने शायद लोगों दसे बे अभी ब्याह करा लिया पब्लिक इदा बसा है।